ਭਵਾਨੀਗੜ੍ਹ ਦੇ ਵਿੱਚ ਜਿੱਥੇ ਇੱਕ ਸਕੂਲ ਦੇ ਵਿੱਚ ਅਧਿਆਪਕ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕਰਨ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ, ਉਸ ਤੋਂ ਬਾਅਦ ਹੁਣ ਇੱਕ ਨਵਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਵਿਦਿਆਰਥੀ ਦੇ ਕੰਨ 'ਤੇ ਅਧਿਆਪਕ ਨੇ ਐਸਾ ਥੱਪੜ ਮਾਰਿਆ ਕਿ ਉਸਦੇ ਕੰਨ ਦਾ ਪਰਦਾ ਹੀ ਫਟ ਗਿਆ। ਸਿਰਫ ਵਿਦਿਆਰਥੀ ਦਾ ਕਸੂਰ ਸਿਰਫ ਕਲਾਸ ਦੇ ਵਿੱਚ ਹੱਸਣਾ ਸੀ ਕਿ ਉਹ ਕਲਾਸ ਦੇ ਵਿੱਚ ਥੋੜ੍ਹਾ ਹੱਸਿਆ ਤਾਂ ਗੁੱਸੇ ਦੇ ਵਿੱਚ ਆਏ। ਕਿਹਾ ਜਾ ਰਿਹਾ ਕਿ ਅਧਿਆਪਕ ਨੇ ਉਸ ਵਿਦਿਆਰਥੀ ਦੇ ਕੰਨ 'ਤੇ ਐਸਾ ਥੱਪੜ ਮਾਰਿਆ ਕਿ ਉਸਦੇ ਕੰਨ ਦਾ ਪਰਦਾ ਹੀ ਫਟ ਗਿਆ। ਸਰਕਾਰੀ ਹਸਪਤਾਲ ਦੇ ਵਿੱਚ ਉਸਨੂੰ ਇਲਾਜ ਦੇ ਲਈ ਦਾਖਲ ਕਰਵਾਉਣਾ ਪਿਆ ਅਤੇ ਦੂਜੇ ਪਾਸੇ ਵਿਦਿਆਰਥੀ ਦੇ ਪਿਤਾ ਦੇ ਵੱਲੋਂ ਵੀ ਇਸ ਅਧਿਆਪਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਪੰਜਾਬੀ ਦੇ ਅਧਿਆਪਕ ਨੇ ਕਲਾਸ ਦੇ ਵਿੱਚ ਜਦੋਂ ਵਿਦਿਆਰਥੀ ਥੋੜ੍ਹਾ ਹੱਸਿਆ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਅਧਿਆਪਕ ਨੇ ਉਸ ਵਿਦਿਆਰਥੀ ਦੇ ਥੱਪੜ ਮਾਰਿਆ ਜਿਸਦੇ ਕਾਰਨ ਉਸਦੇ ਕੰਨ ਦਾ ਪਰਦਾ ਹੀ ਫਟ ਗਿਆ। ਦੂਜੇ ਪਾਸੇ ਹੁਣ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਨੂੰ ਕੰਨ ਤੋਂ ਸੁਣਨ ਦੀ ਕਾਫ਼ੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਉਸਦੇ ਪਿਤਾ ਦਾ ਕਹਿਣਾ ਕਿ ਉਹ ਦਿਹਾੜੀਦਾਰ ਨੇ, ਜਦੋਂ ਉਹ ਘਰ ਆਏ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਤਾਂ ਜਦੋਂ ਉਹ ਇਲਾਜ ਦੇ ਲਈ ਉਸਨੂੰ ਲੈ ਕੇ ਗਏ ਤਾਂ ਸਾਰਾ ਮਾਮਲਾ ਸਾਫ਼ ਹੋਇਆ। ਫਿਲਹਾਲ ਉਹਨਾਂ ਦੇ ਵੱਲੋਂ ਹੁਣ ਅਧਿਆਪਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕੁਛ ਨਹੀਂ, ਉਹ ਸਰ ਨੇ ਥੱਪੜ ਮਾਰਤੇ ਕਿਉਂਕਿ ਕੰਨ ਦਾ ਪਰਦਾ ਫਟ ਗਿਆ। ਉਹ ਸਕੂਲ ਵਿੱਚ ਬੱਚੇ ਨੂੰ ਸਵਾਲ ਪੁੱਛਿਆ ਸੀ ਤਾਂ ਉਹਨੇ ਸਵਾਲ ਨਹੀਂ ਆਉਂਦਾ ਸੀ, ਪਿੱਛੇ ਸਾਰੇ ਬੱਚੇ ਹੱਸ ਪਏ ਅਤੇ ਫਿਰ ਮੈਨੂੰ ਵੀ ਥੋੜ੍ਹਾ ਹੱਸਾ ਗਿਆ ਤਾਂ ਫਿਰ ਮਾਸਟਰ ਨੇ ਮੈਨੂੰ ਫੜ ਕੇ ਮਤਲਬ ਮੈਂ ਇੱਥੇ ਮਾਰਪੀਟ ਕਰਤੀ ਮੇਰੇ ਨਾਲ। ਹੁਣ ਕੀ ਹਾਲਾਤ ਹੈ ਤੁਹਾਡੇ ਇਸ ਲਈ? ਇਸ ਲਈ ਕੰਨ ਦਾ ਪਰਦਾ ਫਟ ਗਿਆ ਤਾਂ ਸਰਜਰੀ ਵਗੈਰਾ ਹੋਈ ਹੈ ਕੱਲ੍ਹ ਸਕੂਲ ਵੀ ਦੇ ਅਤੇ ਮੈਂ ਆਪਣੇ ਦਿਹਾੜੀਦਾਰ ਹਾਂ, ਮੈਂ ਤਾਂ ਕਾਰਪੈਂਟਰ ਦਾ ਕੰਮ ਕਰ ਰਿਹਾ ਮੈਂ ਜੀ, ਅਤੇ ਸ਼ਾਮ ਨੂੰ ਮੈਂ ਜਿਲ੍ਹੇ ਘਰ ਆਇਆ ਤਾਂ ਮੈਨੂੰ ਦੱਸਿਆ ਕਿ ਟੀਚਰ ਨੇ ਮਾਰਿਆ ਮੈਨੂੰ, ਤਾਂ ਮੈਨੂੰ ਪੁੱਛਿਆ ਕੀ ਗੱਲ ਹੋਈ ਜੀ। ਕਹਿੰਦੇ ਕਿ ਇੱਦਾਂ ਇੱਕ ਲੜਕੇ ਨੂੰ ਕੋਈ ਸਵਾਲ ਪੁੱਛਿਆ, ਇਹਨੂੰ ਆਇਆ ਨਹੀਂ, ਪਤਾ ਨਹੀਂ ਲੱਗਾ ਉਹਨੂੰ, ਬੱਚੇ ਨੂੰ ਆਇਆ ਨਾ, ਉਹਨੂੰ ਟੀਚਰ ਨੇ ਥੱਪੜ ਮਾਰਤਾ, ਇਹ ਤਿੰਨ ਚਾਰ ਬੱਚੇ ਸੀ ਪਿੱਛੇ, ਇਹ ਹੱਸਣ ਲੱਗੇ ਵਿੱਚੋਂ, ਉਹਦੇ ਵਿੱਚੋਂ ਇਹਨੂੰ ਫੜ ਲਿਆ ਗਲਮੇ ਦਾ ਅਤੇ ਤਿੰਨ ਚਾਰ ਚਪੇੜਾਂ ਮਾਰਤੀ ਕੰਨ, ਇਹਨਾਂ ਨੇ ਸਹੁਰੀ ਬੋਲਿਆ ਤਾਂ ਉਹਨਾਂ ਨੇ ਫਿਰ ਵੀ ਮਾਰਿਆ, ਉਹਨਾਂ ਦਾ ਕੰਨ ਦਾ ਪਰਦਾ ਦਾ ਡੈਮੇਜ ਹੋ ਗਿਆ। ਕੀ ਚਾਹੁੰਦੇ ਕੀ ਤੁਸੀਂ? ਅਸੀਂ ਇਹੀ ਚਾਹੁੰਦੇ ਸੀ ਕਿ ਸਾਡਾ ਬੱਚਾ ਠੀਕ ਹੋ ਜਾਏ, ਮਤਲਬ ਕਿ ਉਹਦਾ ਕੰਨ ਜਿਹੜਾ ਮਤਲਬ ਜਿਹੜਾ ਪਰਦਾ ਫਟਿਆ ਉਹ ਠੀਕ ਹੋ ਜਾਏ, ਰਿਕਵਰ ਹੋ ਜਾਏ। ਜਿਹਨੇ ਇਹਨੂੰ ਮਾਰਿਆ ਉਹ 'ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ? ਕਾਰਵਾਈ ਚਲੋ ਹੋਣੀ ਚਾਹੀਦੀ, ਪਰ ਸਾਨੂੰ ਪਹਿਲੇ ਇਹ ਚਾਹੀਦਾ ਕਿ ਸਾਡਾ ਬੱਚਾ ਠੀਕ ਹੋ ਜਾਏ। ਭਵਾਨੀਗੜ੍ਹ ਦੇ ਵਿੱਚ ਜਿੱਥੇ ਇੱਕ ਸਕੂਲ ਦੇ ਵਿੱਚ ਅਧਿਆਪਕ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕਰਨ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ, ਉਸ ਤੋਂ ਬਾਅਦ ਹੁਣ ਇੱਕ ਨਵਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਵਿਦਿਆਰਥੀ ਦੇ ਕੰਨ 'ਤੇ ਅਧਿਆਪਕ ਨੇ ਐਸਾ ਥੱਪੜ ਮਾਰਿਆ ਕਿ ਉਸਦੇ ਕੰਨ ਦਾ ਪਰਦਾ ਹੀ ਫਟ ਗਿਆ। ਸਿਰਫ ਵਿਦਿਆਰਥੀ ਦਾ ਕਸੂਰ ਸਿਰਫ ਕਲਾਸ ਦੇ ਵਿੱਚ ਹੱਸਣਾ ਸੀ ਕਿ ਉਹ ਕਲਾਸ ਦੇ ਵਿੱਚ ਥੋੜ੍ਹਾ ਹੱਸਿਆ ਤਾਂ ਗੁੱਸੇ ਦੇ ਵਿੱਚ ਆਏ। ਕਿਹਾ ਜਾ ਰਿਹਾ ਕਿ ਅਧਿਆਪਕ ਨੇ ਉਸ ਵਿਦਿਆਰਥੀ ਦੇ ਕੰਨ 'ਤੇ ਐਸਾ ਥੱਪੜ ਮਾਰਿਆ ਕਿ ਉਸਦੇ ਕੰਨ ਦਾ ਪਰਦਾ ਹੀ ਫਟ ਗਿਆ। ਸਰਕਾਰੀ ਹਸਪਤਾਲ ਦੇ ਵਿੱਚ ਉਸਨੂੰ ਇਲਾਜ ਦੇ ਲਈ ਦਾਖਲ ਕਰਵਾਉਣਾ ਪਿਆ ਅਤੇ ਦੂਜੇ ਪਾਸੇ ਵਿਦਿਆਰਥੀ ਦੇ ਪਿਤਾ ਦੇ ਵੱਲੋਂ ਵੀ ਇਸ ਅਧਿਆਪਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਪੰਜਾਬੀ ਦੇ ਅਧਿਆਪਕ ਨੇ ਕਲਾਸ ਦੇ ਵਿੱਚ ਜਦੋਂ ਵਿਦਿਆਰਥੀ ਥੋੜ੍ਹਾ ਹੱਸਿਆ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਅਧਿਆਪਕ ਨੇ ਉਸ ਵਿਦਿਆਰਥੀ ਦੇ ਥੱਪੜ ਮਾਰਿਆ ਜਿਸਦੇ ਕਾਰਨ ਉਸਦੇ ਕੰਨ ਦਾ ਪਰਦਾ ਹੀ ਫਟ ਗਿਆ। ਦੂਜੇ ਪਾਸੇ ਹੁਣ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਨੂੰ ਕੰਨ ਤੋਂ ਸੁਣਨ ਦੀ ਕਾਫ਼ੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਉਸਦੇ ਪਿਤਾ ਦਾ ਕਹਿਣਾ ਕਿ ਉਹ ਦਿਹਾੜੀਦਾਰ ਨੇ, ਜਦੋਂ ਉਹ ਘਰ ਆਏ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਤਾਂ ਜਦੋਂ ਉਹ ਇਲਾਜ ਦੇ ਲਈ ਉਸਨੂੰ ਲੈ ਕੇ ਗਏ ਤਾਂ ਸਾਰਾ ਮਾਮਲਾ ਸਾਫ਼ ਹੋਇਆ। ਫਿਲਹਾਲ ਉਹਨਾਂ ਦੇ ਵੱਲੋਂ ਹੁਣ ਅਧਿਆਪਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕੁਛ ਨਹੀਂ, ਉਹ ਸਰ ਨੇ ਥੱਪੜ ਮਾਰਤੇ ਕਿਉਂਕਿ ਕੰਨ ਦਾ ਪਰਦਾ ਫਟ ਗਿਆ। ਉਹ ਸਕੂਲ ਵਿੱਚ ਬੱਚੇ ਨੂੰ ਸਵਾਲ ਪੁੱਛਿਆ ਸੀ ਤਾਂ ਉਹਨੇ ਸਵਾਲ ਨਹੀਂ ਆਉਂਦਾ ਸੀ, ਪਿੱਛੇ ਸਾਰੇ ਬੱਚੇ ਹੱਸ ਪਏ ਅਤੇ ਫਿਰ ਮੈਨੂੰ ਵੀ ਥੋੜ੍ਹਾ ਹੱਸਾ ਗਿਆ ਤਾਂ ਫਿਰ ਮਾਸਟਰ ਨੇ ਮੈਨੂੰ ਫੜ ਕੇ ਮਤਲਬ ਮੈਂ ਇੱਥੇ ਮਾਰਪੀਟ ਕਰਤੀ ਮੇਰੇ ਨਾਲ। ਹੁਣ ਕੀ ਹਾਲਾਤ ਹੈ ਤੁਹਾਡੇ ਇਸ ਲਈ? ਇਸ ਲਈ ਕੰਨ ਦਾ ਪਰਦਾ ਫਟ ਗਿਆ ਤਾਂ ਸਰਜਰੀ ਵਗੈਰਾ ਹੋਈ ਹੈ ਕੱਲ੍ਹ ਸਕੂਲ ਵੀ ਅਤੇ ਮੈਂ ਆਪਣੇ ਦਿਹਾੜੀਦਾਰ ਹਾਂ, ਮੈਂ ਤਾਂ
कारपेंटर का काम कर रहा मैं जी। तो शाम में जल्दी घर आया तो मैंने दसा कि टीचर ने मारे मैं, तो मैंने पूछा कि गल हुई जी। कहते कि इदा एक लड़के कोई सवाल पूछा, इन आया नहीं पता नहीं लगा उन्होंने, बच्चे आया ना उन्होंने टीचर ने थप्पड़ मारता, ये तीन चार बच्चे ही पिछे ये हसन लगे बिचों, उन्हें बिचों इनू फड़ लिया गलमे का, तो तीन चार चपेड़ा मारती गल, इन्होंने सोरी बोलिया तो उन्होंने फिर भी मारे तो काम का पड़ता डैमेज हो जाता। चाहते कि तुम अभी यही चाहते जी कि साढ़ा बच्चा ठीक हो जाए, मतलब कि कान जरा मतलब पड़ता फटे वो ठीक हो जाए, रिकवर हो जाए। जिन्हें इनू मारिया और कार्रवाई भी होनी चाहिए, कार्रवाई चलो होनी चाहिए, पर सानू पहले ये चाहिए कि साडा बच्चा ठीक हो जाए।